ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਭੰਗੂ ਬਲੌਗ ਦੇ ਵਿੱਚ। ਟਾਈਮ ਹੋ ਗਿਆ ਦੁਪਹਿਰ ਦੇ 1:30 ਵੱਜ ਗਏ ਅਤੇ ਇਸ ਟਾਈਮ ਆਪਾਂ ਘਰ ਹਾਂ। ਅਤੇ ਜਿੱਦਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀਗਾ, ਆਪਾਂ ਇੱਕ ਦਿਨ ਸੋਨੂੰ ਬਲੌਗ ਬਣਾਇਆ ਕਰੂ, ਇੱਕ ਦਿਨ ਮੈਂ ਕੱਲ੍ਹ ਗਏ ਸੀ, ਕੱਲ੍ਹ ਸੋਨੂੰ ਨੇ ਬਲੌਗ ਬਣਾਇਆ ਅਤੇ ਉਹਦਾ ਮੇਰੇ ਖਿਆਲ ਉਹਨੇ ਅੱਜ ਅਪਲੋਡ ਕਰਿਆ ਨਹੀਂ ਹਲੇ ਤੱਕ, ਉਹ ਸ਼ਾਮ ਨੂੰ ਕਰਦਾ ਹੁੰਦਾ। ਅਤੇ ਅੱਜ ਆਪਾਂ ਸ਼ੁਰੂ ਕੀਤਾ ਬਲੌਗ, ਆਪਾਂ ਲੇਟ ਸ਼ੁਰੂ ਕੀਤਾ ਅਤੇ ਗੱਡੀ ਆਪਣੀ ਆ ਗਈ ਆ ਅਤੇ ਚੱਲਦੇ ਹਾਂ ਗੱਡੀ ਕੋਲ। ਰਾਤ ਲੈ ਆਏ ਸੀਗੇ, ਠੀਕ ਆ, ਸਾਰੇ ਜਣੇ ਦੋ ਵਧਾਈਆਂ ਸੋਨੂੰ ਬਾਈ ਨੂੰ। ਅਤੇ ਦੂਜੀ ਗੱਲ ਇਹ ਆ ਵੀ ਹੁਣ ਉਹਦਾ ਜਿਹੜਾ ਮਾੜਾ ਮੋਟਾ ਕੰਮ ਆ ਉਹ ਕਰਵਾ ਰਿਹਾ, ਵੀ ਮੇਰੇ ਕੋਲ ਆਇਆ ਉਹਦਾ ਹਰਮਨ ਹੈ ਨਾ, ਉਹਨੇ ਕੱਪੜੇ ਕੁੱਪੜੇ ਜੇ ਲੈਣੇ, ਉਹਨੂੰ ਕੱਪੜੇ ਕੁੱਪੜੇ ਦਵਾਏ ਹੈ ਨਾ, ਉਹ ਵੀ ਨਾਲ ਗਿਆ ਉਹਦਾ, ਆਪਣੇ ਬਲੌਗ 'ਚ ਦੇਖ ਰਿਹਾ ਹੋਣਾ ਤੁਸੀਂ। ਅਤੇ ਹਰਮਨ ਆਇਆ ਵਾ ਸੀਗਾ ਅਤੇ ਹੁਣ ਚੱਲਦੇ ਆਪਾਂ ਗੱਡੀ ਕੋਲ, ਤੁਹਾਨੂੰ ਮਿਲਦੇ ਹਾਂ ਗੱਡੀ ਕੋਲ ਜਾ ਕੇ। ਇੱਧਰ ਮਾਰਕੀਟ ਪਹੁੰਚ ਗਏ ਆਪਾਂ, ਮੇਰੇ ਯਾਦ ਨਹੀਂ ਰਿਹਾ ਤਾਂ ਬਲੌਗ ਬਣਾਉਣ ਅਤੇ ਪਟੇ ਕਢਾ ਰਹੇ ਹਾਂ, ਠੀਕ ਹੈ। ਜਿਹੜੀ ਮੁਰਲੀ ਕਮਾਣੀ ਆ ਉਹਨਾਂ 'ਚੋਂ ਇੱਕ ਇੱਕ ਪਟਾ ਕੱਢਿਆ ਅਤੇ ਪਿਛਲੀ ਕਮਾਣੀਆਂ 'ਚੋਂ ਦੋ ਦੋ। ਅਤੇ ਹਲੇ ਤਾਂ ਖੋਲ੍ਹੀ ਹੀ ਆ, ਹੋ ਗਈਆਂ ਦੋ। ਮੈਂ ਤਾਂ ਮੈਂ ਕਿਹਾ ਕਦੇ ਖੋਲ੍ਹੀ ਆ ਹਲੇ, ਆਹ ਫੋਟੇ ਕੱਢੇ ਆ ਬਾਈ। ਅਤੇ ਉਹ ਸੋਨੂੰ ਗਿਆ ਵਾ ਘਰੇ ਰੋਟੀ ਖਾਣ, ਆਉਂਦਾ ਅਤੇ ਫਿਰ ਮਿਲਦੇ ਹਾਂ ਉਹਨੂੰ। ਅਤੇ ਬਾਕੀ ਜਿਹੜਾ ਕੰਮ ਆ ਉਹ ਦੱਸ ਦਿੰਦਾ ਮੈਂ ਤੁਹਾਨੂੰ ਕੀ ਹੋਣਾ। ਆ ਬਿਜਲੀ ਕਮਾਉਣੀ ਆ ਜੋ ਪਟੇ ਨਿਕਲਣੇ ਆ, ਇਹਦੇ ਬਿਜਲੀ ਕਮਾਉਣੀ ਜੋ ਪਤਾ ਨਹੀਂ ਕਿੰਨੇ ਕਿੰਨੇ ਕਾ ਕਢਾਉਣੇ ਆ ਨਾ। ਅਤੇ ਗੱਡੀ ਧੁਆਈ ਹਲੇ ਹੈ ਨਹੀਂ ਕਿਉਂਕਿ ਸਵੇਰੇ ਮੀਂਹ ਲੱਗ ਗਿਆ ਸੀਗਾ ਪੈਣ, ਅੰਬਾਲੇ ਕਣੀਆਂ ਜੀ ਉੱਤਰੇ ਆਈਆਂ ਦੀਆਂ, ਤੁਹਾਨੂੰ ਕਹਿੰਦਾ ਫਿਰ ਮੈਂ ਧੁਆਈ ਨਹੀਂ ਗੱਡੀ, ਇਸ ਕਰਕੇ ਬਈ ਕਹਿੰਦਾ ਫੇਰੇ ਧੁਆ ਲਾਂਗੇ। ਪਹੀਏ ਲਾਏ ਵੇ ਕਮਾਣੀ, ਪਹੀਏ ਵੀ ਆਪੇ ਬਣਾਏ ਵੇ। ਚੱਲ ਤੇ ਚਲੋ ਮਿਲਦੇ ਹਾਂ ਤੁਹਾਨੂੰ ਹਨਾ, ਫਿਰ ਕਰਵਾ ਲਈ ਕੰਮ। ਜੂਨੀਅਰ ਸਰਵਿਸ ਸਟੇਸ਼ਨ ਫਿਰ ਕਾਲੇ ਨੇ ਲੈ ਲਿਆ। ਅੱਛਾ 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 ਆਹ ਦੁਕਾਨ ਆ ਬਾਈ ਸਾਡੀ ਜੋਨੀ ਬਾਈ ਦੀ, ਇਹ ਜੋਨੀ ਕਮਾਣੀ ਵਾਲਾ। ਆਹ ਨੰਬਰ ਵੀ ਪੜ੍ਹ ਲਿਓ ਤੁਸੀਂ ਜੇ ਕਿਸੇ ਨੇ ਕੰਮ ਕੁੰਮ ਕਰਾਉਣਾ ਹੋਵੇ ਨਾ, ਨੰਬਰ ਆਹੀ ਹੈ ਨਾ ਜੋਨੀ ਬਾਈ, 97-281-60-553-73 97-281-60-573 ਜੋਨੀ ਜੋਨੀ ਸੈਂਸ ਹੈ ਆਹ। ਅਤੇ ਜਹਾਜ਼ ਵੀ ਬਹੁਤ ਆਉਂਦੇ ਸਾਡੇ ਅੰਬਾਈ ਅੰਬਾਲੇ 'ਚ, ਉਹ ਆਉਂਦੇ ਉੱਪਰ। ਇਹ ਨਾਲੇ ਦੇ ਕੋਲ ਦੁਕਾਨ ਆ ਬਿਜਲੀ ਦੇ ਬੈਕ ਸਾਈਡ, ਜਦ ਸਾਰੀ ਮਾਰਕੀਟ ਮੁੱਕ ਜਾਂਦੀ ਹੈ ਬਸ ਕਾਲੂ ਦੀ ਦੁਕਾਨ ਤਾਂ ਦੇਖੀ ਵੀ ਹੋ ਤੁਸੀਂ ਪਹਿਲਾਂ ਬਲੌਗ 'ਚ, ਉਹਦੇ ਨਾਲੇ ਆ ਕਾਲੂ ਨੂੰ ਦਿਖਿਆ ਅੱਜ। ਨਾ ਕੀ ਹਾਲੇ ਚੱਕਣ ਵਾਲੇ ਆ ਜੀ,
ਪਟੇ ਤਾਂ ਪੂਰੇ ਸਪਰਿੰਗ ਪਟੇ ਆ ਸਪਰਿੰਗ ਕੀ ਹੋ ਲਿਆਂਦੇ ਨਹੀਂ ਹੈ ਕੀ ਥੰਮ ਲਿਆਂਦੇ ਨਹੀਂ ਹੈ ਭੁੱਕੀ ਖਾਂਦੇ ਨਹੀਂ ਬਾਈ ਹੁਣ ਤੋੜਦੀ ਹਾਂ ਕੱਦੀ है ही नहीं भैन चौदा माड़ा मोटा भी बंदे काम कर रहे हैं भी मिट्टी उड़ूगी हौली चलिए हम तेन पटा सट दी साले मूहरे हाँ जावे साला मित्रों अपन आ गया जेठा लाल दा फोन हां और टायर वाले का हिसाब जहा करना कहना सोच लाया नहीं भैन चीक लगे टायर वाले का हिसाब जहा करना कहना उन्होंने पैसे पूसे देने हैं वध पैसे लाए हुए थे चलो देखते हैं जाके टायर की पेमेंट देती इन्हें अंदर तो चलते हूँ गड्डी को अपनी टायर पे आते गड्डी गड्डी मोटी गुड्डी वाले तो थोनू कहना कहना बई कहना सानू डायरी दे दो बई कहना डायरी तो है नहीं नैपकिन है मैं क्या अंजू पूंज लिया करा जेडे साडे कटाए तो इतों टायर लते सीगे आप नवे टायर पे आना नाल दे है नैपकिन तो रखिए कहते बड़े महंगे पे है ना नैपकिन तू पाता ब्लॉग पाना यार डाउनलोड नहीं अपलोड नहीं एक और बनांदा पे ना वैसे वो साला तू गया था मैं एक दिन मैं बनाया अच्छा लो भाई मिल गए सानू नैपकिन हम गड्डी रखांगे आ ओ मैं बुलट पर रखूंगा यार किधर गई मारी हुसन आ गई मलिका आई थी लो जी थानू मिलाने जी हुसन दी मलिका क्या कहना है चाहिए जाल पा के रस्सा तरपाल पा दे मोटरसाइकिल यार हुसन की मलिका आई थी लोगों की भारी डिमांड पर सद्या गया था पता नहीं आंदा आंदा किधर बढ़ गया उसना की मलिका के दंदे दंदे चमक रहे और क्या और आज क्या हुआ था लिबड़े वा नहीं तू लिबड़ा नहीं है हां हैं क्या करदा घोड़े का पूछा खोल रहा आ इथे रख चल आ ओथे वीडियो बनाई ना ओ इधर बनावांगे हुन वीडियो ओथे क्या किदी बनावांगे वीडियो दसी मड़ जा कालूगी कालू अपने जॉनी सिंस समझ रहा है जॉनी सिंस सिंह नहीं है तेरी बंड पाड़ देनी चेक आना बिच रख ला चलो तो पी ला देंगे है कि नहीं तू कहते सुस्त जा बैठा की हो गया लाडी डॉन क्यों तो नहीं आता वीडियो मां
सही जवाब आपको मिलता है 1 करोड़ रुपया नगद स्टेट बैंक ऑफ कंगाल से। लाई इन्हू मैं पूछा मैं जे अपने टायर अंदरों बटन तो ना उठन तो कितों उठ सकते हैं। मशीन लगी होंगी नहीं यार ये भी होनी स्प्रिंग जा हाँ लो भी अंदरों भी दिखाई दई थानू गड्डी अपनी थल्यो ਉਹ ਹੈਗੀ ਆ ਓਏ ਹਾਂ ਫਿਲਟਰ ਖੋਲਿਆ ਸੀਗਾ ਗੱਡੀ ਦਾ ਆਪਾਂ ਨੇ ਮੈਂ ਕਿਹਾ ਚੱਲ ਕਰਾ ਲਈਏ ਸਾਫ ਰੇਤਾ ਹੀ ਰੇਤਾ ਨਿਕਲਦਾ ਹੈ ਰੇਤਾ ਹੀ ਰੇਤਾ ਕੱਪੜਿਆਂ 'ਤੇ ਵੀ ਰੇਤਾ ਰੇਤਾ ਹੋ ਗਿਆ ਜੀ ਇਹ ਫਿਲਟਰ ਪੇਪਰ ਤਰੀਕ ਪਾਈ ਵੀ ਆ 11 ਤਰੀਕ 12ਵਾਂ ਮਹੀਨਾ 2022 ਉਹਦਾ ਚੱਲ ਜੂਗਾ ਇੰਦਰ ਚੌਧਰੀ ਦਾ ਟਾਇਰ ਟੈਰੀ ਜੀ ਨਹੀਂ ਲੋਟ ਆ ਰਹੀ ਛੋਟੀ ਜੀ ਹਾਂ ਟਾਇਰ ਨਹੀਂ ਲੋਟ ਆ ਰਿਹਾ ਇੱਧਰ ਟੈਰੀ ਲਓ ਭਾਈ ਚੱਕੀ ਆਪਾਂ ਆਪਣਾ ਫਿਲਟਰ ਤੇ ਚੱਲੀਏ ਇੱਧਰ ਘੋੜਾ ਰਾਸਤੇ 'ਚ ਬੰਦ ਹੋ ਗਿਆ ਇਹਦਾ ਜਾਮ ਲਵਾ ਤਾ ਸਾਰਾ ਲਾਲ ਮਰੂਤੀ ਨੇ ਇਹਦੇ ਚਿੱਟੇ ਨੁੱਕਰੇ ਨੇ ਜਾਮ ਲਵਾ ਤਾ ਕਿੱਧਰ ਗਈ ਜੇਠਾ ਲਾਲ ਜੇਠਾ ਲਾਲ ਲਓ ਵੀ ਮਿੱਤਰੋ ਬੰਦੇ ਦਾ ਕਮੈਂਟ ਆਇਆ ਯੈਸ ਬੰਦੇ ਦਾ ਨਾਮ ਤੇ ਪੂਰਾ ਹੈ ਨਹੀਂ ਪਰ ਸੰਜੇ ਗੰਗਾਧਰੀ ਬੀ ਐਸ ਟੀ ਸੀ ਵਾਲੇ ਦੇ ਨਾਮ ਹੈ ਬੋਲੀ ਤੂੰ ਆਪਣੀ ਜਾਂਦਾ ਬਲੋਗ ਵਾਸਤੇ ਝੂਠ ਨਾ ਬੋਲਿਆ ਕਰੋ ਠੀਕ ਹੈ ਬਾਈ ਜੀ ਗਲਤੀ ਹੋ ਗਈ ਹੋਰ ਕੋਈ ਬਕਵਾਸ ਕਰਦੀ ਗੱਡੀ ਜਿਹਦੇ ਮਰਜ਼ੀ ਨਾਮ ਹੋਵੇ ਤੈਂ ਧਾਰਾਂ ਲੈਣੀਆਂ ਹੈ ਤੇਰੇ ਪਿਓ ਦੀ ਹੈ ਭੈਣ ਦਾ ਯਾਰ ਜੀ ਮਰਜ਼ੀ ਦੀ ਹੋਵੇ ਗੱਡੀ ਤੈਨੂੰ ਦੱਸ ਕੇ ਲੈਣਾ ਜਦ ਤੈਨੂੰ ਕਹਿਦਾ ਸਾਡੀ ਹੈ ਤਾਂ ਸਾਡੀ ਆ ਸਾਨੂੰ ਸਫਾਈ ਦੇਣ ਦੀ ਲੋੜ ਨਹੀਂ ਜਿਹਦੀ ਵੀ ਹੋਏ ਤੂੰ ਸਾਲਾ ਲੱਗਦਾ ਮੇਰਾ ਹਾਂ ਦੱਸ ਐ ਜੋ ਦੱਸ ਹਾਂ ਹੁਣ ਪਤਾ ਕਿਆ ਇਹਨੇ ਆਪਣੀ ਕਲਾਕਾਰੀ ਕਰੀ ਹੋਣੀ ਗੱਡੀ ਨੰਬਰ ਪਾ ਕੇ ਐਮ ਪਰ ਵੈਨ ਪਰ ਦੇਖੀ ਹੋਣੀ ਬਈ ਗੱਡੀ ਕਿਹਦੇ ਨਾਮ ਆ ਸਟੇਰਿੰਗ ਕੱਟ ਦਵਾ ਬਸ ਲਓ ਜੀ ਸਾਡਾ ਕਾਲੂ ਆ ਗਿਆ ਹੁਣ ਕਾਲੂ ਦੀ ਵੀਡੀਓ ਬਣਾਵਾਂਗੇ ਅਸੀਂ ਤੇ ਅਸੀਂ ਸਟੇਰਿੰਗ ਫਿੱਟ ਕਰਾਂਗੇ ਆ ਜਾ ਬਈ ਕਮੈਂਟ ਕਰਕੇ ਡਿਲੀਟ ਵੀ ਕਰਦਾ ਫਟਾਫਟ ਨਹੀਂ ਉਹ ਚ ਚੱਲ ਗਿਆ ਹੋਣਾ ਨਾ ਥੱਲੇ ਲਾਈਕ ਨਹੀਂ ਨਾ ਉੱਪਰ ਹੀ ਜਾਂਦਾ ਕਮੈਂਟ ਕਰਕੇ ਡਿਲੀਟ ਕਰਤਾ ਨੇ ਫਟਾਫਟ ਅੱਛਾ ਚੱਲ ਪੜ ਤਾਂ ਲਿਆ ਆਪਾਂ ਨੇ ਵੀਡੀਓ ਜੀ ਤਾਂ ਦਿਖਾਈ ਦਿੱਤਾ ਤੇ ਕਾਲੂ ਬੰਦੇ ਦੇ ਮਿਰਚਾਂ ਬਹੁਤ ਲੜ ਰਹੀਆਂ ਇਹ ਕਮੈਂਟ ਵਾਲਿਆਂ ਦੇ ਕਈਆਂ ਦੇ ਕੀ ਕਹਿਣਾ ਚਾਹੋਗੇ ਕਾਲੂ ਕਹਿੰਦਾ ਇੰਜਨ ਕਰਦਾ ਕਹਿੰਦਾ ਰਿੰਗ ਪਿਸਟਨ ਪਾ ਦਾਂਗੇ ਕਹਿੰਦੇ ਤੁਹਾਡੇ ਹਾਂ ਕਹਿੰਦਾ ਧੂਆਂ ਮਾਰਨਾ ਹਟਾ ਦਾਂਗੇ ਕੱਚਾ ਦਾ ਜਿਹੜਾ ਤੁਸੀਂ ਮਾਰਦੇ ਆ ਕੈਬਰ ਸਾਈਜ਼ ਦੇ ਰਿੰਗ ਪਿਸਟਨ ਪਾ ਦਾਂਗੇ ਭਾਈ ਆਉਣਾ ਮਾਸਟਰ ਉਹ ਸਾਨੂੰ ਨਾ ਛੇੜੋ ਠੀਕ ਆ ਨਾ ਫੇਰ ਤੁਸੀਂ ਕਹਿਣਾ ਵੀ ਸਿੱਧੇ ਹੀ ਹੋ ਗਏ ਯਾਰ ਤੁਸੀਂ ਵੀ ਆ ਮੈਂ ਉਹ ਲੜਾਈ ਪਵਾਦੇ ਆ ਇਹ ਕਹਿੰਦੇ ਕਮਾਂਦੇ ਪੰਗੂ ਸਾਹਿਬ ਆ ਇੱਕ ਪਹਿਲਾਂ ਉਹ ਰੇਕ ਉਠਾਣ ਲੱਗਿਆ ਦਾ ਇੰਨੀ ਸਪੀਡ 'ਚ ਆਇਆ ਮੈਂ ਰੋਕ ਲਿਆ ਮੈਂ ਕਿਹਾ ਤੈਨੂੰ ਇੰਨੇ ਬੰਦੇ ਬੈਠੇ ਆ ਉਹ ਦੇਖੋ ਬਾਈ ਉਹ ਬਜ਼ੁਰਗ ਬੰਦੇ ਵੀ ਬੈਠੇ ਉਹਨਾਂ ਵਿੱਚ ਉੱਥੇ ਹੋਰ ਵੀ ਬੰਦੇ ਬੈਠੇ ਤੇ ਇੰਨੀ ਸਪੀਡ ਨਾਲ ਐਕਟੀਵਾ ਲੈ ਕੇ ਆਇਆ ਮਿੱਟੀ ਉਹ ਮਿੱਟੀ ਡਾ ਤੀ ਪਹਿਲਾਂ ਇੱਧਰ ਨੂੰ ਗਿਆ ਉਹ ਮੈਂ ਕਿਹਾ ਹੁਣ ਆਇਆ ਮੈਂ ਰੋਕ ਲੈਣਾ ਜਿਹੜਾ ਸਮਾਲਾਬਾਦ ਵਾਲੀ ਸ਼ਰਤ ਲੱਗੀ ਸੀ ਤੁਸੀਂ ਜਿੱਤੀ ਕੀ ਹਾਰ ਗਈ ਮੈਂ ਜਿੱਤਿਆ ਉਹ ਹਾਰ ਗਿਆ ਆ ਗਿਆ ਤਾਂ ਬੰਦਾ ਲੈ ਚਾਬੀਆਂ ਆਪਾਂ ਨੇ ਲਿਆ ਯਾਰ ਮੈਂ ਵੀਡੀਓ ਬਣਾਉਣੇ ਤੇ ਬੈਠਾ ਤੇਰੀ ਕਾਲੂ ਹਾਂਜੀ ਯਾਰ ਮਾੜਾ ਪਾਣੀ ਭਰ ਲਿਆ ਯਾਰ ਠੰਡਾ ਲੈ
ਤੇ ਭਾਈ ਠੀਕ ਆ ਸਾਨੂੰ ਨਾ ਛੇੜੋ ਜੇ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤਾਂ ਸਾਨੂੰ ਭਾਈ ਮੈਂ ਡਰਾਈਵਰੀ ਕਰ ਰਿਹਾ ਤੂੰ ਦੱਸ ਕੀ ਲੈਣਾ ਸਾਨੂੰ ਜੇ ਅਸੀਂ ਕਿਸੇ ਨੂੰ ਕਹਿੰਦੇ ਸਾਨੂੰ ਵੀ ਨਾ ਕੋਈ ਕੁਝ ਕਹੇ ਸਿੱਧੀ ਹੀ ਗੱਲ ਆ ਸੌਵਾਂ ਦੇ ਇੱਕ ਜੇ ਅਸੀਂ ਕਿਸੇ ਨੂੰ ਮਾੜਾ ਬੋਲ ਨਾਲੇ ਜੇ ਕਮੈਂਟ ਕਰਦੇ ਫਿਰ ਜੀਗਰਾ ਰੱਖਿਆ ਕਰੋ ਡਿਲੀਟ ਨਾ ਕਰਿਆ ਕਰੋ ਨਾਲ ਦੀ ਹਾਂ ਫਿਰ ਬਾਅਦ ਉਹ ਮੈਂ ਰੀਲ ਨਹੀਂ ਪਾਈ ਦੀ ਬਾਅਦ ਚ ਫਿਰ ਸੌਰੀਆਂ ਮੰਗਦੇ ਆ ਬਾਈ ਯਾਰ ਗੁੱਸੇ ਚ ਹੋ ਗਿਆ ਐ ਹੋ ਗਿਆ ਉਹ ਹੋ ਗਿਆ ਗੁੱਸੇ ਚ ਸਾਡੇ ਦਾ ਕੁਝ ਹੋ ਗਿਆ ਫਿਰ ਦੇਖਦੇ ਰਹੋਗੇ ਤੁਸੀਂ ਕੀ ਬਣਦਾ ਇਹ ਮਾਂ ਭੈਣ ਇੱਕ ਨਹੀਂ ਛੱਡਣੀ ਬੁੜੀਆਂ ਵੀ ਵਿੱਚੇ ਫੂਕਣਾ ਤੇ ਪਾਨਾ ਤੇ ਕਹਿੰਦਾ ਮਾਂ ਦਾ ਕਹਿੰਦਾ ਬੁੜੀਆਂ ਵੀ ਮਾਰ ਦੇ ਉਹਨਾਂ ਦੀਆਂ ਠੀਕ ਆ ਬਾਈ ਖੁਸ਼ੀ ਦਾ ਟਾਈਮ ਆ ਯਾਰ ਤੁਸੀਂ ਸਾਡੀ ਖੁਸ਼ੀ ਆਪਣਾ ਖੁਸ਼ ਹੋ ਹੋ ਹਨਾ ਸਾਰਾ ਕੋਈ ਆਪਣਾ ਹੀ ਸਾਲਾ ਹੋਣਾ ਖਾਸ ਹਾਂ ਭੈਣ ਦੇਣੇ ਨੂੰ ਫਿਰਦਾ ਹੋਣਾ ਸਾਲਾ ਕੋਈ ਚਲੋ ਮੋਨੀ ਲੱਗਣਾ ਹਾਂ ਬਾਈ ਆ ਜਾ ਫਟਾਫਟ ਸਟੀਅਰਿੰਗ ਖੋਲ ਹੁਣ ਇਹਦੀ ਸਪੀਡ ਚ ਬਣਾਉਣ ਵਾ ਯਾਰ ਫਿਰ ਮੈਨੂੰ ਉੱਧਰ ਬੈਠਣ ਦਿੰਦਾ ਦੋਵੇਂ ਬੰਦੇ ਨਾ ਮੈਂ ਇੱਧਰ ਦੇ ਮੋੜਦਾ ਤੂੰ ਉੱਧਰ ਦੇ ਮੋੜਦਾ ਆਹ ਸਟੀਅਰਿੰਗ ਪੱਟ ਕੇ ਬਾਈ ਅਸੀਂ ਇੱਧਰਲੀ ਸਾਈਡ ਲਵਾ ਦੇਣਾ ਇਹ ਇਹ ਚਲਾਊਗਾ ਨਵੇਂ ਸਟੀਅਰਿੰਗ ਮੈਂ ਚਲਾਊਂਗਾ ਇਹਦੇ ਨਾਲ ਹਨਾ ਫਿਰ ਐਂ ਨਾ ਸਾਡੀ ਲੜਾਈ ਹੋ ਜਾਵੇ ਤੂੰ ਕਹੇ ਇੱਧਰ ਨੂੰ ਮੁੜਨਾ ਮੈਂ ਕਹੇ ਇੱਧਰ ਨੂੰ ਮੁੜਨਾ ਠੀਕ ਆ ਦੋਵੇਂ ਸਹਿਮਤੀ ਰਹੂਗੀ ਆਪਣੀ ਕਟਾਈ ਕਰ ਦੋ ਜੋ ਨਹੀਂ ਕਰਕੇ ਦੇਖ ਲੈ ਕਟਾਈ ਕਰ ਲਓ ਕਟਾਈ ਕਰ ਲਓ ਲਓ ਬਾਈ ਬਜਰੇ ਪੈਟਰੋਲ ਗੱਲ ਸਾਫ ਕਰ ਲਾ ਕੱਲ ਦੇਖ ਲਈ ਜਾਦੂ ਹੋ ਰਿਹਾ ਹਨਾ ਬਣ ਗਈ ਨਵੇਂ ਮਾਡਲ ਵਾਲੀ ਪਿਆਰ ਤੇ ਹੋਆ ਕਾਲੂ ਕੋਈ ਵੀ ਕੰਮ ਹੈ ਸੁੱਚੇ ਤਾਂ ਲਾ ਤਾਂ ਹੀ ਵੱਜੇਗਾ ਤੂੰ ਵੀ ਬਸ ਹੈਂ ਲਾ ਫਿਰ ਕਾਲੂ ਇਸਨੂੰ ਇੱਧਰ ਫਿੱਟ ਕਰਦੇ ਯਾਰ ਇਹ ਸਾਲਾ ਭਾਰੀ ਹੈ ਸਟੀਅਰਿੰਗ ਉਹ ਵੀ ਭਾਰੀ ਸੀ ਤੂੰ ਚੁੱਕ ਕੇ ਨਹੀਂ ਦੇਖਿਆ ਪਹਿਲੇ ਚੁੱਕ ਕੇ ਉਦਣ ਵੀ ਫੜਿਆ ਮੈਂ ਜਿੱਦਣ ਲੈ ਕੇ ਆਇਆ ਤੂੰ ਕਾਲੂ ਭਾਰੀ ਨਹੀਂ ਹੈ ਸਟੀਅਰਿੰਗ ਇਹਦੇ ਨਾਲੋਂ ਜ਼ਿਆਦਾ ਭਾਰੀ ਹੈ ਕਾਲੂ ਇੱਧਰ ਲਾ ਦੇ ਯਾਰ ਇਸਨੂੰ ਇੱਧਰ ਹੋ ਜਾ ਯਾਰ ਲਾਉਣ ਦੇ ਇਹਨੂੰ ਦੇਸੀ ਹੋ ਗਿਆ ਉਹ ਜੈਨੂਅਨ ਹੈ ਹਾਂ ਦੇਸੀ ਨਹੀਂ ਹੈ ਜੈਨੂਅਨ ਆ ਉਹ ਨਾ ਕਿਸੇ ਨੂੰ ਕਹਿ ਦੇਂ ਜਾਂਸੀ ਜੋ ਲਿਆਂਦਾ ਹਾਂ ਨੌਨਸੈਂਸ ਪੀਪਲ ਅਕਲੇ ਨਹੀਂ ਹੈ ਭੰਗੂ ਸਾਹਿਬ ਇੱਕ 14 ਡੈਰੀ ਤੂੰ ਵੀ ਰੱਖ ਲੈ ਇਕੱਠੀ ਜੋੜੀ ਜਾਏਗੀ ਜਾਏਗੇ ਕਰਾਂਗੇ ਜੋੜੇ ਟੈਨਸ਼ਨ ਨਾ ਲੈ ਖੜੀ ਹੈ ਗੱਡੀ ਨਵੀਂ ਆਏਗੀ ਹੈ BS62 18 ਮਾਡਲ ਜਿਹੜੇ ਬੁਸ਼ ਕੱਟੇ ਪੁੱਛ ਨਾ
कैंट भी पता कर लांगे। इधर कमानियां हो रही फिट, इहदा कहिंदे बुश कटिया वा, बुश पाउणा। ते अज तां अही मुरले मुरले ही होणगे हना, ते गड्डी लै जूगा घरे आ। कल नूं फिर आए, कल नूं पिछे वालिआं दा निबड़ जू हना, कल दी लड़ी जो निबड़ जूगा पिछे वालिआं दा। हाँ साजरा आ जाइओ ना, तू भी उरे कित्थे छड्डूंगे, कमानी मेहनती हो रही है, कट लाए वे जोनी ने, बजदा थोड़ा। ਅਸੀਂ ਬੈਠੇ ਤੇ ਅਤੇ ਜਗਤਾਰ ਬਾਈ ਦਾ ਆਇਆ ਫੋਨ, ਕਹਿੰਦਾ ਕਿੱਥੇ ਆ? ਮੈਂ ਕਿਹਾ ਮੈਂ ਤਾਂ ਇੱਥੇ ਹੀ ਹਾਂ ਮਾਰਕੀਟ ਤੋਂ। ਕਹਿੰਦਾ ਮੈਂ ਵੀ ਤੁਹਾਡੀ ਮਾਰਕੀਟ 'ਚ ਆਇਆ ਵਾ, ਅਤੇ ਇੱਧਰ ਬਾਈ ਟੈਂਕੀਆਂ ਦੇਖਣ ਆਇਆ ਉਹਦਾ, ਅਤੇ ਬਾਈ ਨੂੰ ਆਇਆ ਤਾਂ ਮਿਲਣ, ਅਤੇ ਕਰਦੇ ਹਾਂ ਗੱਲਾਂ ਬਾਤਾਂ ਅਸੀਂ। ਹੋਰ ਫਿਰ ਕਿਵੇਂ ਆਉਣਾ ਹੋਇਆ ਸਫ਼ਰ? ਚੱਲ ਰਹੀ ਹੈ ਠੀਕ, ਜ਼ਿੰਦਗੀ ਚੱਲੀ ਜਾਂਦੀ ਆ। ਹਾਂ ਆਈ ਨਹੀਂ ਪਸੰਦ ਕੋਈ ਟੈਂਕੀ ਹੈ ਯਾਰ? ਮੈਂ ਬੰਦੇ ਨੂੰ ਫੋਨ ਕਰਿਆ, ਫੋਨ ਨਹੀਂ ਚੱਕ ਰਿਹਾ। ਇਹ ਬਾਈ ਦੀ ਗੱਡੀ ਆ 96,000, ਮੈਂ ਉਹ ਦੂਰ ਤੋਂ ਹੀ ਦੇਖ ਲਿਆ ਤਾ, ਉਹ ਉੱਥੇ ਗੇਟ 'ਚ ਵੜਦੇ ਸਾਰ ਅਤੇ ਪਿੱਠ ਤੀ ਇਹਦੀ ਹਲੇ, ਮੈਂ ਕਿਹਾ ਉਹ ਜਾ ਰਿਹਾ ਉੱਧਰ ਨੂੰ ਮਟਕਦਾ, ਦੂਰੋਂ ਪਤਾ ਲੱਗਦਾ ਜਨਾਬ ਤੁਰੇ ਆਉਂਦੇ ਨੇ। ਮੈਂ ਗੱਡੀ ਥੱਲੇ ਬੜਿਆ ਪਤਾ, ਫਿਲਟਰ ਫੁਲਟਰ ਜੇ ਨਿਕਲਦਾ ਸਾਫ। ਚਲੋ ਮਿਲਦੇ ਹਾਂ ਫਿਰ ਤੁਹਾਨੂੰ। ਨੌ ਵੀ ਮਿੱਤਰੋ, ਮੁਰਲੇ ਮੁਰਲੇ ਵਾਲੀ ਚੱਕਿਆਂ ਦਾ ਕੰਮ ਗਿਆ ਨਿਬੜਾ, ਅਤੇ ਸੀਟ ਆਪਣੀ ਜਿਹੜੀ ਡਰਬੋਨਟ ਵਾਲੀ ਆ ਉਹ ਗਈ ਵੀ ਆ ਭਰਨ, ਅਤੇ ਬਾਕੀ ਜਿਹੜੇ ਪਿਛਲੇ ਚੱਕੇ ਆ ਉਹਨਾਂ ਦਾ ਹੋਊਗਾ ਕੱਲ੍ਹ ਨੂੰ, ਅਤੇ ਐਤਵਾਰ ਨੂੰ ਜਾਣਾ ਆਪਾਂ ਨੇ ਪੌਂਟਾ ਸਾਹਿਬ ਮੱਥਾ ਟੇਕਣ। ਸਾਰੀ ਸੰਗਤ ਨੂੰ ਲੈ ਕੇ ਜਾਵਾਂਗੇ ਨਾਲ, ਜੇ ਤੁਸੀਂ ਵੀ ਕਿਸੇ ਨੇ ਜਾਣਾ ਹੋਇਆ ਜਿਹੜਾ ਨੇੜੇ ਤੇੜੇ ਤੋਂ ਆ ਸਕਦਾ ਹੈ ਨਾ, ਬਈ ਸੰਪਰਕ ਕਰ ਸਕਦਾ ਸਾਨੂੰ। ਐਤਵਾਰ ਨੂੰ ਜਾਣਾ ਅਸੀਂ, ਸਵੇਰੇ 6-7 ਵਜੇ ਨਿਕਲ ਜਾਵਾਂਗੇ। ਅਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੋਗ, ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ, ਤਾਂ ਕਿ ਨੋਟੀਫਿਕੇਸ਼ਨ ਪਹੁੰਚੇ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਵਲੋਗ, ਜਦ ਤੱਕ ਰੱਬ ਰਾਖਾ। ਅਤੇ ਅਗਲਾ ਵਲੋਗ ਆਊਗਾ ਇਹ ਭਾਈ ਸਾਹਿਬ ਦੇ ਚੈਨਲ 'ਤੇ।